ਤੇ ਪੰਚਾਇਤੀ ਚੋਣਾਂ ਲਈ ਮੁਫਤ ਵਿੱਚ ਮਿਲਣ ਵਾਲੇ ਨਾਮਜ਼ਦਗੀ ਪੱਤਰ ਵੀਡੀਓ ਦਫ਼ਤਰ ਰੂਪਨਗਰ ਦੇ ਬਾਹਰ 30 ਤੋਂ 50 ਰੁਪਏ ਦੇ ਵੇਚੇ ਗਏ। ਮੀਡੀਆ ਦੇ ਉੱਥੇ ਪਹੁੰਚਣ ਮਗਰੋਂ ਨਾਮਜ਼ਦਗੀ ਪੱਤਰ ਵੇਚਣ ਵਾਲੇ ਲੋਕ ਰਫੂ ਚੱਕਰ ਹੋ ਗਏ। ਜਦੋਂ BDPO ਦਫ਼ਤਰ ਵਿੱਚ ਬੈਠੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇੱਥੇ 30 ਤੋਂ ਲੈ ਕੇ 50 ਰੁਪਏ ਵਿੱਚ ਫਾਰਮ ਵੇਚੇ ਜਾ ਰਹੇ ਨੇ, ਜਦੋਂ ਕਿ ਇਹੀ ਫਾਰਮ ਡਾਕੂਮੈਂਟ ਸੈਂਟਰ ਤੋਂ 4 ਤੋਂ 5 ਰੁਪਏ ਦਾ ਮਿਲਦਾ। ਕਿਹਨੇ ਬਿਠਾਇਆ ਤੁਹਾਨੂੰ ਇੱਥੇ? ਕਿਸੇ ਨੇ ਹੀ ਆਪ ਬੈਠੇ। ਕਿੰਨੇ ਦਾ ਫਾਰਮ ਵੇਚਦੇ ਹੋ? ਲੋਕਾਂ ਦਾ ਕਹਿਣਾ ਕਿ 5 ਰੁਪਏ ਦਾ ਫਾਰਮ ਮਿਲਦਾ, ਤੁਸੀਂ ਉਹ 30 ਰੁਪਏ ਦਾ ਵੇਚ ਰਹੇ ਹੋ। ਹਾਂਜੀ। ਕਿਹਨੇ ਤੁਹਾਨੂੰ ਅਥੋਰਾਈਜ਼ ਕੀਤਾ ਹੈਗਾ? ਕਿਸੇ ਨੇ ਨਹੀਂ ਕੀਤਾ ਜੀ, ਅਸੀਂ ਆਪ ਬੈਠੇ ਜੀ। ਇਹਨਾਂ ਨੂੰ ਅਸੀਂ ਵੀ ਖੱਜਲ ਆਉਣ ਦੀ ਬਜਾਏ ਅਸੀਂ ਨੇੜੇ ਬੈਠ ਕੇ। ਤੁਸੀਂ ਕਿੱਥੇ, ਤੁਹਾਡੀ ਦੁਕਾਨ ਵਗੈਰਾ ਕਿੱਥੇ ਹੈਗੀ? ਤੁਹਾਡਾ ਕੋਈ ਡਾਕੂਮੈਂਟ ਸੈਂਟਰ ਹੈ, ਕੀ ਹੈਗਾ? ਤੁਸੀਂ ਕਿਸ ਤਰ੍ਹਾਂ? ਕੁਛ ਨਹੀਂ ਹੈ। ਹੈ ਕੁਛ ਨਹੀਂ ਹੈ। ਕਿਹਨੇ ਬਿਠਾਇਆ ਤੁਹਾਨੂੰ ਇੱਥੇ? ਆਪ ਬੈਠੇ ਜੀ। ਉਹਦੇ ਨੇੜੇ ਬੈਠੇ ਤੁਸੀਂ ਇਹਨਾਂ ਦੀ ਖੱਜਲ ਹੋਣ ਤੋਂ ਹੀ? ਇਹ BDO ਦਫ਼ਤਰ ਆਏ ਤੇ ਜੀ, ਉਹਨਾਂ ਨੇ ਕਿਹਾ ਵੀ ਡਾਕੂਮੈਂਟ ਸੈਂਟਰ ਤੋਂ ਨਿਊ ਡਿਊ ਦਾ ਫਾਰਮ ਲਿਆ ਹੋਈ ਵੀ ਨਿਊ ਡਿਊ ਕਰਾ ਕੇ ਮੈਡਮ ਅਤੇ ਸਾਈਨ ਕਰਾ ਕੇ ਇੱਥੇ ਰੋਪੜ ਆ ਉਹ ਦੇ ਦਿਓ। ਅੱਜ ਪਤਾ ਲੱਗਿਆ ਵੀ ਅੱਜ ਕੱਲ੍ਹ ਜਿਹੜੇ ਲੈ ਗਏ ਜੀ ਉਹ ਸਾਨੂੰ ਉਹਨਾਂ ਨੇ ਸੈੱਟ ਇੱਕ ਸੈੱਟ 80 ਰੁਪਏ ਦਾ ਦਿੱਤਿਆ ਜੀ। ਇੱਥੇ ਜਿਹੜਾ ਵਿਕ ਰਿਹਾ ਜੀ ਅੱਜ BDO ਦਫ਼ਤਰ ਦੇ ਸਾਹਮਣੇ, ਇਹ ਇੱਕ ਸੈੱਟ ਦੇ ਰਹੇ ਆ ਨਿਊ ਪਾਂਚੀ ਵਾਸਤੇ 30 ਰੁਪਏ ਦਾ ਦੇ ਰਹੇ ਆ ਜੀ। ਜਿਹੜਾ ਕੱਲ੍ਹ ਸਾਨੂੰ ਵਿਕ ਰਿਹਾ ਤਾਂ ਇਹ 6 ਰੁਪਏ ਦਾ ਡਾਕੂਮੈਂਟ ਸੈਂਟਰ ਵਾਲੇ ਦੇ ਰਹੇ ਤੇ ਵੀ ਅਸੀਂ ਤਾਂ ਇਹੀ ਮੰਗ ਕਰਦੇ ਵੀ ਜਿਹੜੀ ਇੰਨੀ ਲੁੱਟ ਆ ਇਹਨੂੰ ਬੰਦ ਕਰਾਇਆ ਕੀਤਾ ਜਾਵੇ ਵੀ ਇਨਸਾਫ ਮਿਲੇ ਲੋਕਾਂ ਨੂੰ ਜਿਹੜੇ ਕੈਂਡੀਡੇਟ ਖੜ੍ਹ ਰਹੇ ਆ ਉਹਨੇ ਲੁੱਟ ਨੂੰ ਬੰਦ ਕੀਤਾ ਜਾਵੇ ਜੀ। ਇਹ ਪਤਾ ਨਹੀਂ ਕੌਣ ਬੈਠੇ, ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਕਿਹਨੇ ਬਿਠਾਲੇ ਵੇ ਆ, ਬਾਹਰ ਬੈਠੇ ਸੜਕ ਦੇ ਉੱਪਰ ਲੁੱਟ ਹੋ ਰਹੀ ਹੈ ਇੰਨੀ ਜੀ। ਇੱਥੇ ਹੁਣ ਕੱਤੇ ਖੜੇ ਆ ਜੀ, ਅਸੀਂ ਇੱਦਾਂ 50,000 ਰੁਪਏ ਦਿੰਦੇ ਤੇ ਹੁਣ 30 ਰੁਪਏ ਦਾ ਕਰਤਾ ਜੀ। ਇੱਦਾਂ ਤੁਹਾਡੇ ਵਰਗਾ ਕੋਈ ਸਰ ਆਇਆ ਉਹਨਾਂ ਨੇ ਵੀ ਇੱਦਾਂ ਹੀ ਕਰਿਆ, 30 ਦਾ ਕਰਤਾ, ਪਹਿਲਾਂ 50 ਦਿੰਦੇ ਜੀ 2 ਘੰਟੇ ਪਹਿਲਾਂ। ਇਹ ਮੈਂ ਹੁਣ ਚੈੱਕ ਕਰਵਾ ਦਿੰਦੇ ਜੀ ਇੱਦਾਂ ਹੈਗਾ, ਕਿਉਂਕਿ ਮੇਰੇ ਵੱਲੋਂ ਬਿਠਾਏ ਗਏ ਹੋ ਤਾਂ ਸਿਰਫ ਸਾਡੇ ਕੋਲ ਜੋ ਕੋਈ ਆਉਂਦਾ ਅਸੀਂ ਆਪਣੇ ਕੋਲੋਂ ਵੀ ਕੰਪਿਊਟਰ 'ਚ ਫਾਰਮ ਕੱਢ ਕੇ ਦੇ ਰਹੇ ਹਾਂ। ਤੇ ਕੀ ਤੋਂ ਜਿਹੜੇ ਤੁਸੀਂ ਫਾਰਮ ਦਿੰਦੇ ਹੋ ਉਹਦਾ ਕੀ ਕੋਈ ਰੇਟ ਪੈਸੇ ਲੈਂਦੇ ਹੋ, ਕੀ ਹੈਗਾ ਉਹਦਾ ਪ੍ਰੋਸੈਸ? ਕੋਈ ਫੀਸ ਨਹੀਂ ਲੈਂਦੇ, ਇੱਕ ਵਾਰ ਅਸੀਂ ਫੋਟੋਸਟੇਟ ਬਾਹਰ ਦੇਤਾ ਕਿਉਂਕਿ ਸਾਡੇ ਅਸੀਂ ਇੰਨਾ ਸਟੇਸ਼ਨਰੀ ਦਾ ਖਰਚਾ ਆਪਣੇ ਕੋਲੋਂ ਨਹੀਂ ਕਰ ਸਕਦੇ, ਸਮਝੀ ਦੇ ਪੈਸੇ ਆਏ ਨੇ ਜਿਵੇਂ ਕੰਪਿਊਟਰ ਵਾਲੇ ਨੂੰ ਕਹਿ ਬਾਹਰ ਉਹਨਾਂ ਨੂੰ ਕਹਿਤਾ ਦੁਕਾਨ ਵਾਲੇ ਨੂੰ ਵੀ ਇਹ ਪਰਫਾਰਮ ਆਇਆ ਹੈਗਾ ਉੱਥੇ ਲੋਕ ਖਰੀਦ ਲੈਣ, ਅਤੇ ਪਰ ਇਹ ਨਹੀਂ ਕਿ ਅਸੀਂ ਸਾਰਿਆਂ ਨੂੰ ਆਪਣੇ ਦਫ਼ਤਰ ਤੋਂ ਨਹੀਂ ਦੇ ਰਹੇ ਕਿਉਂਕਿ ਸਾਡੇ ਕੋਲ ਤਿੰਨ ਸਟੇਸ਼ਨਰੀ ਦਾ 10,000 ਫੋਰਮ ਦਾ ਖਰਚਾ, ਸਾਨੂੰ ਸਾਡੀ ਸਮਝੀ ਗੱਲਾਂ ਕਰ ਨਹੀਂ ਕਰ ਸਕਦੇ।